ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮ ਮਿਨਸ਼ਾ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਦੇ ਹਾਂ ਲੰਘੇ ਕੱਲ ਪੰਜਾਬ ਦੇ ਵਿੱਚ ਹਮਸਜੀ ਵਾਲਾ ਮਾਹੌਲ ਸੀ ਪਰ ਬੱਦਲਬਾਹੀ ਵੀ ਰਹੀ ਹੈ ਕਈ ਹਿੱਸਿਆਂ ਦੇ ਵਿੱਚ ਜਿਹਦੇ ਕਰਕੇ ਤਾਪਮਾਨ ਕਾਬੂ ਦੇ ਵਿੱਚ ਰਿਹਾ ਮੌਸਮ ਵਿਭਾਗ ਦਾ ਇਹ ਕਿਹਾ ਕਿ ਅੱਜ ਤੇ ਭਲਕ ਨੂੰ ਯਾਨੀ ਕਿ ਦੋ ਦਿਨ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਭਰਮਾ ਵੀ ਪੈਣ ਦੀ ਸੰਭਾਵਨਾ ਸੋ ਇਹ ਕਿੰਨਾ ਕੁ ਪੈਂਦਾ ਕਿੰਨਾ ਕੁ ਨਹੀਂ ਵਕਤ ਦੱਸੂਗਾ ਪਰ ਜਿਸ ਤਰੀਕੇ ਦੇ ਨਾਲ ਮੀਂਹ ਪੈਣ ਤੋਂ ਬਾਅਦ ਦੋ ਦਿਨ ਪੰਜਾਬ ਦੇ ਵਿੱਚ 40 ਤੋਂ ਪਾਰ ਦਾ ਤਾਪਮਾਨ ਰਿਹਾ ਤੇ ਉਸ ਤੋਂ ਬਾਅਦ ਇਹੋਂ ਲੱਗਦਾ ਸੀ ਵੀ ਜ਼ੋਰ ਖੋਰ ਫੜੂਗੀ ਗਰਮੀ ਪਰ ਮੌਸਮ ਵਿਭਾਗ ਨੇ ਕਿਹਾ ਕਿ ਦੋ ਦਿਨਾਂ ਬਾਅਦ ਪੰਜਾਬ ਦੇ ਵਿੱਚ ਇੱਕਦਮ ਗਰਮੀ ਨੇ ਫੇਰ ਵਟ ਕੱਢਣੀ ਸ਼ੁਰੂ ਕਰ ਦੇਣੀ ਆ ਬਾਕੀ ਜਿਵੇਂ ਜਾਣਕਾਰੀ ਆਈ ਸਾਂਝੀ ਕਰਾਂਗੇ ਪਰ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈ ਕਰੋਨਾ ਮਹਾਮਾਰੀ ਨਾਲ ਜੁੜੀ ਹੋਈ ਭਾਰਤ ਦੇ ਵਿੱਚ ਕਰੋਨਾ ਦੇ ਕੇਸ ਘਟ ਆਉਣ ਲੱਗ ਪਏ ਹੁਣ ਅਸੀਂ ਕਰੋਨਾ ਦੀ ਦੂਜੀ ਲਹਿਰ ਦੇ ਉੱਤੇ ਕਾਬੂ ਪਾਉਣਾ ਸ਼ੁਰੂ ਕਰਤਾ ਅੱਜ 50 ਹਜ਼ਾਰ ਕੇਸ ਘਟ ਆਏ ਆ 24 ਘੰਟਿਆਂ ਦੇ ਵਿੱਚ ਲੰਘੇ ਕੱਲ 70 ਹਜ਼ਾਰ ਘਟ ਆਏ ਸੀ ਇਹ ਗੱਲਾਂ ਕਹਿ-ਕਹਿ ਕੇ ਕੇਂਦਰ ਦੀ ਸਰਕਾਰ ਤੇ ਕੇਂਦਰ ਦਾ ਸਿਹਤ ਵਿਭਾਗ ਆਪਣੀ ਪਿੱਠ ਥਾਪੜ ਰਿਹਾ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਜੀ ਕਿ ਹੁਣ ਅਸੀਂ ਦੂਜੀ ਲਹਿਰ ਦੇ ਉੱਤੇ ਕਾਬੂ ਪਾਉਣਾ ਸ਼ੁਰੂ ਕਰਤਾ ਹੁਣ ਰਿਕਵਰੀ ਰੇਟ ਦੇ ਵਿੱਚ ਵਾਧਾ ਹੋ ਰਿਹਾ ਹੁਣ ਕਰੋਨਾ ਪੀੜਤਾ ਦੀ ਗਿਣਤੀ ਦੇ ਵਿੱਚ ਕਟੌਤੀ ਹੋ ਰਹੀ ਹੈ ਤੇ ਇਹਦਾ ਮਤਲਬ ਇਹ ਹੈ ਜੀ ਕਿ ਹੁਣ ਅਸੀਂ ਕਾਬੂ ਇਸ ਸਥਿਤੀ ਦੇ ਉੱਤੇ ਪਾ ਲੈਣਾ ਜਦਕਿ ਹਕੀਕਤ ਅਸਲ ਦੇ ਵਿੱਚ ਇਹ ਹੈ ਵੀ ਭਾਰਤ ਦੇ ਵਿੱਚ ਇਸ ਵਕਤ ਟੈਸਟਿੰਗ ਘਟਾ ਦਿੱਤੀ ਗਈ ਹੈ ਕਈ ਸੂਬਿਆਂ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਟੈਸਟਿੰਗ ਹੁੰਦੀ ਸੀ ਉੱਥੇ ਵੱਡੀ ਗਿਣਤੀ ਦੇ ਵਿੱਚ ਕਰੋਨਾ ਪੋਜ਼ਿਟਿਵ ਵੀ ਲੋਕ ਸਾਹਮਣੇ ਆਉਂਦੇ ਸੀ ਪਰ ਹੁਣ ਜਦੋਂ ਟੈਸਟ ਘਟਾ ਦਿੱਤੇ ਗਏ ਤਾਂ ਉਸ ਤੋਂ ਬਾਅਦ ਕਰੋਨਾ ਪੀੜਤਾ ਦੀ ਗਿਣਤੀ ਆਪਣੇ ਆਪ ਘਟ ਗਈ ਦੂਜਾ ਕੰਮ ਇਹ ਕੀਤਾ ਜਾ ਰਿਹਾ ਸਰਕਾਰ ਦੇ ਵੱਲੋਂ ਕਿ ਮੌਤਾਂ ਦੀ ਗਿਣਤੀ ਘੱਟ ਦੱਸੀ ਜਾਵੇ ਮੌਤਾਂ ਦੀ ਗਿਣਤੀ ਘੱਟ ਦੱਸਾਂਗੇ ਤਾਂ ਸਰਕਾਰ ਦੀ ਬਦਨਾਮੀ ਘਟੂਗੀ ਇਸ ਕਰਕੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਜਿਹੜੀਆਂ ਕਿ ਹਕੀਕਤ ਤੋਂ ਸਖਣੀਆਂ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਹਰਿਆਣਾ ਯੂਪੀ ਬਿਹਾਰ ਰਾਜਸਥਾਨ ਤੇ ਕਈ ਹੋਰ ਸੂਬਿਆਂ ਦੇ ਪਿੰਡਾਂ ਦੇ ਵਿੱਚ ਕਰੋਨਾ ਦਾ ਪਸਾਰਾ ਹੋ ਰਿਹਾ ਉਹ ਬੜੀ ਚਿੰਤਾਜਨਕ ਗੱਲ ਹੈ ਮੈਂ ਮੋਟੇ ਮੋਟੇ ਦੋ ਚਾਰ ਗੱਲਾਂ ਦੱਸ ਦਿੰਨਾ ਕਿ ਮੁਖਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਪਿੰਡ ਹੈਗਾ ਭੂੰਦੜ ਇਸ ਪਿੰਡ ਦੇ ਵਿੱਚ 178 ਲੋਕ ਹੁਣ ਤੱਕ ਕਰੋਨਾ ਪੋਜ਼ਿਟਿਵ ਆ ਚੁੱਕੇ ਆ ਤੋ ਇਹ ਇੱਕ ਬੜੀ ਚਿੰਤਾਜਨਕ ਗੱਲ ਆ ਵੀ ਜੇਕਰ ਇੱਕ ਪਿੰਡ ਦੇ ਵਿੱਚ 520 ਤੋਂ ਵੱਧ ਲੋਕ ਕੋਰੋਨਾ ਪੋਜ਼ਿਟਿਵ ਨਿਕਲਦੇ ਆ ਤਾਂ ਜੇਕਰ ਪੂਰੇ ਪੰਜਾਬ ਦੇ ਵੱਖ-ਵੱਖ ਪਿੰਡਾਂ ਦਾ ਟੈਸਟ ਕੀਤਾ ਜਾਵੇ ਲੋਕਾਂ ਦਾ ਤਾਂ ਉੱਥੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਸਾਹਮਣੇ ਆਉਣਗੇ ਪਿੰਡਾਂ ਦੇ ਲੋਕਾਂ ਦੇ ਕੋਲੇ ਸਹੂਲਤ ਕੋਈ ਨਹੀਂ ਕਿ ਉਹ ਵਿਚਾਰੇ ਤਰਲੇ ਮਾਰਦੇ ਆ ਉਹ ਡਰਦੇ ਆ ਉਹ ਕਿਸੇ ਨੂੰ ਦੱਸਦੇ ਵੀ ਨਹੀਂ ਕਿ ਮੈਨੂੰ ਬੁਖਾਰ ਚੜਿਆ ਘਰ ਦੀ ਗੱਲ ਘਰ ਦੇ ਵਿੱਚ ਹੀ ਦਬ ਲਈ ਜਾਂਦੀ ਹੈ ਵੀ ਜੇਕਰ ਬਾਹਰ ਨਿਕਲ ਗਈ ਤਾਂ ਲੋਕ ਕੀ ਕਹਿਣਗੇ ਲੋਕ ਸਾਡੇ ਕੋਲ ਦੂਰੀ ਬਣਾ ਕੇ ਰੱਖਣਗੇ ਸਿਹਤ ਮਹਿਕਮੇ ਦੇ ਕੋਲੇ ਜੇਕਰ ਜਾਣਗੇ ਮੰਨ ਲੋ ਕੋਰੋਨਾ ਪੋਜ਼ਿਟਿਵ ਦੱਸਤਾ ਉਸ ਤੋਂ ਬਾਅਦ ਨਵੀਂ ਪਸੂੜੀ ਕਿਉਂਕਿ ਪੈਸੇ ਹੈ ਨਹੀਂ ਕਿ ਇਲਾਜ ਕਿੱਥੋਂ ਕਰਵਾਉਣਗੇ ਤੇ ਹਸਪਤਾਲ ਸਰਕਾਰੀ ਦੇ ਵਿੱਚ ਗਏ ਬੁਰਾ ਹਾਲ ਹੋ ਜਣਾ ਨਿੱਜੀ ਦੇ ਵਿੱਚ ਜਾ ਨਹੀਂ ਸਕਦੇ ਕਿਉਂਕਿ ਵਿੱਚ ਨੂੰ ਕੁਝ ਹੈ ਨਹੀਂ ਇਸ ਕਰਕੇ ਲੋਕ ਆਪਣੇ ਅੰਦਰ ਹੀ ਸਾਰੀ ਜਿਹੜੀ ਆ ਉਹ ਦਰਦ ਕਹਾਣੀ ਰੱਖ ਰਹੇ ਆ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਲੋਕ ਇਸ ਗੱਲ ਦਾ ਪ੍ਰਗਟਾਵਾ ਨਹੀਂ ਕਰ ਰਹੇ ਵੀ ਅਸੀਂ ਕਿੰਨੀ ਮੁਸ਼ਕ ਦੇ ਵਿੱਚੋਂ ਗੁਜ਼ਰ ਰਹੇ ਆ ਪਰ ਜੇਕਰ ਮੈਂ ਦਾਅਵੇ ਨਾਲ ਕਹੇ ਨਾ ਪੰਜਾਬ ਦੇ ਪਿੰਡਾਂ ਦੇ ਵਿੱਚ ਇਕੱਲੇ ਇਕੱਲੇ ਬੰਦੇ ਦਾ ਕਰੋਨਾ ਟੈਸਟ ਕੀਤਾ ਜਾਵੇ ਤਾਂ ਅੰਕੜਾ ਹੈਰਾਨੀਜਨਕ ਵੀ ਹੋਊਗਾ ਤੇ ਅੰਕੜਾ ਚਿੰਤਾਜਨਕ ਵੀ ਬਹੁਤ ਹੋਊਗਾ ਦੂਜੀ ਗੱਲ ਇਹ ਆ ਵੀ ਲੰਘੇ ਕੱਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਨੇ ਕਿਹਾ ਵੀ ਪੰਜਾਬ ਦੇ ਜਿਹੜੇ ਪਿੰਡਾਂ ਦੇ ਵੱਲੋਂ 100% ਦੀ ਟੀਕਾ ਕਰਨੇ ਕਰਵਾ ਲਿਆ ਜਾਊਗਾ ਦੋਵੇਂ ਡੋਜ਼ ਲੈਣੀਆਂ ਸਰਟੀਫਿਕੇਟ ਹੋਣ ਕੱਲੇ-ਕੱਲੇ ਪਿੰਡ ਵਾਸੀ ਦੇ ਟੀਕਾ ਲੱਗਿਆ ਹੋਵੇ ਤੇ ਅਸੀਂ ਉਸ ਪੰਚਾਇਤ ਨੂੰ ਅਸੀਂ ਉਸ ਪਿੰਡ ਨੂੰ 10 ਲੱਖ ਰੁਪਏ ਦੀ ਗ੍ਰਾਂਟ ਦੇਵਾਂਗੇ ਇਹ ਗੱਲ ਨਿੱਜੀ ਤੌਰ ਦੇ ਉੱਤੇ ਚੰਗੀ ਕਹਾਣੀ ਬਣਦੀ ਹੈ ਪਰ ਇਹ ਕਦੋਂ ਗ੍ਰਾਂਟ ਮਿਲੂਗੀ ਇਸੇ ਸਰਕਾਰ ਦੇ ਵਿੱਚ ਮਿਲੂਗੀ ਜਾਂ ਅਗਲੀ ਵਾਰ ਦੇ ਉੱਤੇ ਪਾ ਦਿੱਤੀ ਜਾਊਗੀ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਜਿਹੜੀ ਬਹੁਤ ਅੰਦਰੇ ਨੂੰ ਬਲੁੰਦਰਨ ਵਾਲੀ ਖਬਰ ਹੈ ਜਿਹਨੂੰ ਸੁਣ ਕੇ ਸ਼ਾਇਦ ਤੁਹਾਡੇ ਵੀ ਲੋਕੰਡਾ ਖੜਾ ਹੋ ਜੇ ਉਹ ਆਈ ਹੈਗੀ ਯੂਪੀ ਦੇ ਵੱਲੋਂ ਅਸੀਂ ਬਹੁਤ ਵਾਰ ਖਬਰ ਸਾਂਝੀ ਕੀਤੀ ਆ ਵੀ ਗੰਗਾ ਨਦੀ ਦੇ ਵਿੱਚ ਜਿਹੜੀ ਪਵਿੱਤਰ ਨਦੀ ਆ ਉਹਦੇ ਵਿੱਚ ਕਿਵੇਂ ਲਾਸ਼ਾਂ ਰੜਦੀਆਂ ਫਿਰਦੀਆਂ ਅਸੀਂ ਇਹ ਵੀ ਖਬਰ ਸਾਂਝੀ ਕੀਤੀ ਲੰਘੇ ਕੱਲ ਵੀ 1 ਕਿਲੋਮੀਟਰ ਤੱਕ ਗੰਗਾ ਨਦੀ ਦੇ ਕੰਡੇ ਦੇ ਉੱਤੇ ਸਿਰਫ ਤੇ ਸਿਰਫ ਲਾਸ਼ਾਂ ਦਿਸ ਰਹੀਆਂ ਜਿਵੇਂ ਢੋਨੇ ਦੀ ਪਨੀਰੀ ਲਾਈ ਹੁੰਦੀ ਆ ਵੀ ਇੱਕ ਇੱਥੇ ਡੱਕਾ ਗੱਡਿਆ ਇੱਕ ਇੱਥੇ ਗੱਡਿਆ ਬਿਲਕੁਲ ਉਸੇ ਤਰੀਕੇ ਦੇ ਨਾਲ ਆ ਇੱਕ ਇੱਕ ਮੀਟਰ ਦੀ ਦੂਰੀ ਦੇ ਉੱਤੇ ਲਾਸ਼ਾਂ ਦਬਗੀਆਂ ਪਈਆਂ ਡੰਡੇ ਗੱਡੇ ਹੋਏ ਉੱਥੇ ਆਪਦੀ ਲਾਸ਼ ਦੀ ਆਪਦੇ ਪਰਿਵਾਰਕ ਮੈਂਬਰ ਦੀ ਪਛਾਣ ਕਰਨ ਦੇ ਲਈ ਵੀ ਅਸੀਂ ਇੱਥੇ ਦੱਬਿਆ ਸੀ ਆਹ ਨਿਸ਼ਾਨੀਆਂ ਉਹਦੀ ਪਰ ਹੁਣ ਇੱਕ ਨਵੀਂ ਜਿਹੀ કરી ਸਾਹਮਣੇ ਆਈ ਹੈ ਇਹ ਪੁਲਿਸ ਮੁਲਾਜ਼ਮਾਂ ਦੀ ਕਰਤੂਤ ਦੇ ਰੂਪ ਦੇ ਵਿੱਚ ਹੈ ਹਾਲਾਂਕਿ ਸਾਰੇ ਪੁਲਿਸ ਮੁਲਾਜ਼ਮੇ ਇੱਕੋ ਜਿਹੇ ਨਹੀਂ ਪਰ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਸ ਵੀਡੀਓ ਦੇ ਕਰਕੇ ਪੰਜ ਪੁਲਿਸ ਮੁਲਾਜ਼ਮਾਂ ਜਿਹੜੇ ਉਹ ਸਸਪੈਂਡ ਕਰ ਦਿੱਤੇ ਗਏ ਆ ਉਹ ਕਿਉਂ ਕਿਉਂਕਿ Laasha ਨੂੰ ਕੱਢ ਕੇ ਬਾਹਰ ਤੇ ਕੰਡੇ ਦੇ ਉੱਤੇ ਹੀ ਉਹਨਾਂ ਦਾ ਸਸਕਾਰ ਕੀਤਾ ਜਾ ਰਿਹਾ ਤੇ ਕੋਈ ਰਸਮੋ ਰਵਾਜ ਦੇ ਮੁਤਾਬਕ ਨਹੀਂ ਕੋਈ ਸਤਕਾਰ ਦੇ ਨਾਲ ਨਹੀਂ ਵਿਦਾ ਕਰ ਰਹੇ ਸਗੋਂ ਜਿਵੇਂ ਆਪਾਂ ਕੋਈ ਚੀਜ਼ ਸਾੜਦੇ ਹੁੰਨੇ ਆ ਕਬਾੜ ਦੀ ਵੀ ਭਾਈ ਅੱਗ ਲਾ ਦਿਓ ਯਾਰ ਇੱਥੇ ਸਾਰਾ ਕੁਝ ਖਤਮ ਹੋ ਜੇ ਵੀ ਇੱਥੇ ਆਵੇ ਖਲਾਰਾ ਜਾ ਪਿਆ ਇਸ ਰੂਪ ਦੇ ਵਿੱਚ ਕਿਉਂਕਿ ਉਹਨਾਂ ਲਾਸ਼ਾਂ ਦੇ ਉੱਤੇ ਟਾਇਰ ਸੁੱਟ ਕੇ ਉਹਨਾਂ ਲਾਸ਼ਾਂ ਦੇ ਉੱਤੇ ਪੈਟਰੋਲ ਪਾ ਕੇ ਉਹਨਾਂ ਨੂੰ ਫੂਕਿਆ ਜਾ ਰਿਹਾ ਤੇ ਇਸੇ ਕਰਕੇ ਜਦੋਂ ਵੀਡੀਓ ਵੱਡੇ ਪੱਦਰ ਨੇ ਉੱਤੇ ਵਾਇਰਲ ਹੋਈ ਹੈ ਤਾਂ ਸਵੇਦਨਹੀਣਤਾ ਦੀ ਇੱਕ ਇਹੋ ਜਿਹੀ ਉਦਾਹਰਨ ਸਾਹਮਣੇ ਆਈ ਹੈ ਜਿਹੜੀ ਸ਼ਾਇਦ ਤੁਸੀਂ ਕਦੇ ਦੇਖੀ ਨਾ ਹੋਵੇ 1984 ਦੇ ਵਿੱਚ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਸਾੜੇ ਗਏ ਲੋਕ ਇਹ ਤਾਂ ਆਪਸ ਸੁਣਿਆ ਪੜਿਆ ਸਿੱਖਾਂ ਦੇ ਉੱਤੇ ਕਿਵੇਂ ਕਤਲੇਆਮ ਹੋਇਆ ਪਰ ਮਰੇ ਪਏ ਬੰਦੇ ਦੇ ਉੱਤੇ ਟਾਇਰ ਰੱਖ ਕੇ ਅੱਗ ਲਾਉਣੀ ਵੀ ਛੇਤੀ ਛੇਤੀ ਸੜਜੂ ਛੇਤੀ ਛੇਤੀ ਪੈਟਰੋਲ ਪਾ ਕੇ ਫੂਕਦੇ ਉਹਨੂੰ ਆਪਣੇ ਕੋਲ ਟਾਈਮ ਹੈ ਨਹੀਂ ਆਪਾਂ ਜਾਣਾ ਵੀ ਹੈ ਇਹ ਪਹਿਲੀ ਵਾਰ ਦੇਖਿਆ ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਫਿਰ ਕਰਦੇ ਟਿੱਪਣੀ ਕਰੋਨਾ ਦੀ ਦੂਜੀ ਲਹਿਰ ਦੇ ਵਿੱਚ ਗੰਗਾ ਨਦੀ ਵਿੱਚ ਲਾਸ਼ਾਂ ਤਾਂ ਵਹਿ ਰਹੀਆਂ ਨੇ ਪਰ ਕਿਨਾਰਿਆਂ ਦੇ ਉੱਤੇ ਰੇਤ ਦੇ ਵਿੱਚ ਪਤਾ ਨਹੀਂ ਕਿੰਨੀਆਂ ਲਾਸ਼ਾਂ ਦਫ਼ਨ ਹੋ ਗਈਆਂ ਨੇ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚੋਂ ਇਹੋ ਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਕਈ ਜ਼ਿਲ੍ਹਿਆਂ ਦੇ ਵਿੱਚ ਲਾਸ਼ਾਂ ਗੰਗਾ ਦੇ ਵਿੱਚ ਵਹਿਣ ਦਾ ਖੁਲਾਸਾ ਹੋਣ ਤੋਂ ਬਾਅਦ ਯੂਪੀ ਸਰਕਾਰ ਨੇ ਗੰਗਾ ਕਿਨਾਰੇ ਦੇ ਜ਼ਿਲ੍ਹਿਆਂ ਦੇ ਵਿੱਚ ਕਾਫੀ ਸਖਤੀ ਵਧਾ ਦਿੱਤੀ ਗੰਗਾ ਦੇ ਘਾਟਾਂ ਤੇ ਵੀ ਪੁਲਿਸ ਦੇ ਪਹਿਰੇ ਲਾ ਦਿੱਤੇ ਸਰਕਾਰੀ ਸ਼ਕਤੀ ਦੇ ਬਾਵਜੂਦ ਗੰਗਾ ਦੇ ਵਿੱਚ ਹਾਲੇ ਵੀ ਲਾਸ਼ਾਂ ਮਹਿਰ ਰਹੀਆਂ ਨੇ ਪ੍ਰਸ਼ਾਸਨ ਜਿਵੇਂ ਕਿਵੇਂ ਇਹਨਾਂ ਨੂੰ ਡਪਟਾਉਣ ਦੇ ਵਿੱਚ ਝੋਟਿਆ ਹੋਇਆ ਇਹੋ ਜਿਹਾ ਇੱਕ ਮਾਮਲਾ ਬਾਲੀਆ ਖੇਤਰ ਦੇ ਵਿੱਚੋਂ ਸਾਹਮਣੇ ਆਇਆ ਜਿੱਥੇ ਪੁਲਿਸ ਕਰਮਚਾਰੀਆਂ ਨੇ ਲਾਸ਼ਾਂ ਨੂੰ ਗੰਗਾ ਦੇ ਵਿੱਚੋਂ ਕੱਢ ਕੇ ਉਹਨਾਂ ਦੇ ਉੱਤੇ ਪੈਟਰੋਲ ਛਿੜਕਿਆ ਤੇ ਉਹਨਾਂ ਦੀ ਚਿਖਾ ਦੇ ਉੱਤੇ ਟਾਇਰ ਰੱਖ ਕੇ ਅੱਗ ਲਾ ਦਿੱਤੀ ਜਾਣਕਾਰੀ ਦੇ ਮੁਤਾਬਕ ਬਾਲੀਆ ਦੇ ਮਲਦੇਪੁਰ ਦੇ ਵਿੱਚ ਪੁਲਿਸ ਕਰਮਚਾਰੀਆਂ ਨੇ ਗੰਗਾ ਦੇ ਵਿੱਚ ਵਹਿਦੀਆਂ ਲਾਸ਼ਾਂ ਨੂੰ ਕੱਢਿਆ ਤੇ ਉਸ ਤੋਂ ਬਾਅਦ ਉਹਨਾਂ ਲਾਸ਼ਾਂ ਦੇ ਉੱਤੇ ਲੱਕੜਾਂ ਦੇ ਨਾਲ ਟੈਰ ਵੀ ਰਖੇ ਤੇ ਉਸ ਤੋਂ ਬਾਅਦ ਅੱਗ ਲਾਈ ਗਈ ਤੇ ਇਹ ਵੀ ਗੱਲ ਕਹੀ ਜਾ ਰਹੀ ਹੈ ਵੀਡੀਓ ਦੇ ਵਿੱਚ ਕਿ ਜਲਦੀ ਜਲਦੀ ਇਹਨੂੰ ਜਲਾਓ ਹਮਨੇ ਜਾਣਾ ਵੀ ਹੈ ਸੋ ਕਹਿਣ ਦਾ ਭਾਵ ਇਹ ਹੈ ਕਿ ਯੂਪੀ ਦੇ ਵਿੱਚ ਜੋ ਕੁਝ ਸਾਹਮਣੇ ਆਇਆ ਇਹਨੂੰ ਸੁਣ ਕੇ ਇਹਦੇ ਬਾਰੇ ਪੜ੍ਹ ਕੇ ਤੇ ਇਹਨੂੰ ਦੇਖ ਕੇ ਹਰ ਕਿਸੇ ਦਾ ਹਿਰਦਾ ਬਲੂੰਦ ਰਿਆ ਗਿਆ ਇੱਥੇ ਵੀ ਦੱਸਣਾ ਬਣਦਾ ਹੈ ਕਿ ਯੂਪੀ ਦੇ ਵਿੱਚ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਾਸ਼ਾਂ ਇਸ ਤਰੀਕਰਾਂ ਰੁਲਦੀਆਂ ਹੋਈਆਂ ਪਾਣੀ ਦੇ ਵਿੱਚ ਜਾਂ ਕੰਢਿਆਂ ਦੇ ਉੱਤੇ ਮਿਲਗੀਆਂ ਨੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗਲਤੀ ਸੀ ਕਹਾਂਗੇ ਅਸੀਂ ਉਸ ਵਿਸ਼ਵਗੁਰੂ ਦੇਸ਼ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਨਾ ਤਾਂ ਜਿਉਂਦੇ ਬੰਦੇ ਦੀ ਕਦਰ ਆ ਤੇ ਜੇਕਰ ਬੰਦਾ ਮਰ ਗਿਆ ਤੇ ਨਾ ਫਿਰ ਉਹਦੀ ਕਦਰ ਕੀਤੀ ਜਾਂਦੀ ਹੈ ਵੀ ਇਹਨੂੰ ਅਸੀਂ ਹੁਣ ਸਨਮਾਨ ਦੇ ਨਾਲ ਵਿਦਾਈ ਕਰ ਦਈਏ ਸਾਡੇ ਭਾਰਤ ਦੇ ਵਿੱਚ ਰਹਿੰਦੇ ਹੋਏ ਜਿਉਂਦੇ ਜੀ ਇਹਨੇ ਬਹੁਤ ਵਾਰ ਵੋਟ ਵੀ ਪਾਈ ਹੋਊਗੀ ਹੋ ਸਕਦਾ ਇਹਨੇ ਟੈਕਸ ਵੀ ਜਮ੍ਹਾਂ ਕਰਵਾਇਆ ਹੋਵੇ ਕਈ ਮੰਤਰੀਆਂ ਦੇ ਢਿੱਡ ਭਰਨ ਵਿੱਚ ਵੀ ਇਹਨੇ ਯੋਗਦਾਨ ਪਾਇਆ ਹੋਣਾ ਪਰ ਇੱਥੇ ਕਦਰ ਕੋਈ ਨਹੀਂ ਯੂਪੀ ਦੀ ਯੋਗੀ ਅਦਿੱਤਿਆਨਾਥ ਦੀ ਸਰਕਾਰ ਤਾਂ ਇਹ ਗੱਲ ਕਹਿੰਦੀ ਹੈ ਵੀ ਜਿਹੜਾ ਵਿਅਕਤੀ ਇੱਥੇ ਕਰੋਨਾ ਦੇ ਕਰਕੇ ਮਰ ਜਾਂਦਾ ਉਹਨੂੰ ਅਸੀਂ 5000 ਰੁਪਏ ਦੇ ਨਾਲ ਅੰਤਿਮ ਵਿਦਾਇਗੀ ਦੇਣੀ ਆ ਉਹਦਾ ਸਸਕਾਰ ਅਸੀਂ ਆਪਣੇ ਖਰਚੇ ਤੇ ਕਰਨਾ ਪਰ ਆ ਸਸਕਾਰ ਕੀਤਾ ਜਾ ਰਿਹਾ ਅਸੀਂ ਉਦੋਂ ਵੀ ਗੱਲ ਕਹੀ ਸੀ ਲੋਕਾਂ ਨੂੰ ਜਿਉਂਦੇ ਰੱਖਣ ਦੇ ਲਈ ਤੁਸੀਂ ਆਕਸੀਜਨ ਦਾ ਪ੍ਰਬੰਧ ਨਾ ਕਰਿਓ ਲੋਕਾਂ ਨੂੰ ਜਿਉਂਦੇ ਰੱਖਣ ਦੇ ਲਈ ਵੈਂਟੀਲੇਟਰਾਂ ਤੇ ਬਾਕੀ ਬੱਡਾਂ ਦਾ ਪ੍ਰਬੰਧ ਨਾ ਕਰਿਓ ਤੁਸੀਂ ਮਰਿਆਂ ਨੂੰ ਫੂਕਣ ਦੇ ਲਈ ਪ੍ਰਬੰਧ ਕਰੋ ਤੇ ਹੁਣ ਨਵੀਂ ਗੱਲ ਆ ਗਈ ਆ ਵੀ ਫੂਕਦੇ ਵੀ ਕਿਵੇਂ ਆ ਅੱਗ ਵੀ ਕਿਵੇਂ ਲਾਉਂਦੇ ਆ ਚਿਖਾ ਕਿਵੇਂ ਬਣਾਉਂਦੇ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਵੀਡੀਓ ਦੇਖੀ ਮੈਂ ਤਾਂ ਹਿੱਲ ਗਿਆ ਬੰਦਰੋ ਵਲੁੰਦ ਰਿਆ ਗਿਆ ਵੀ ਇਉਂ ਵੀ ਹੁੰਦਾ ਉਹ ਮਨੁੱਖ ਸੀ ਭਾਵੇਂ ਉਹਦੇ ਵਿੱਚ ਜਾਨ ਨਹੀਂ ਪਰ ਫਿਰ ਵੀ ਅਸੀਂ ਸਨਮਾਨ ਦੇ ਨਾਲ ਕਿਸੇ ਨੂੰ ਵੀ ਵਿਦਾ ਕਰਦੇ ਹਾਂ ਅਸੀਂ ਕਦੇ ਸੋਚ ਵੀ ਨਹੀਂ ਸਕਦੇ ਵੀ ਕੋਈ ਵੀ ਬੰਦਾ ਹੋਵੇ ਭਾਵੇਂ ਕਿਸੇ ਵੀ ਥਾਂ ਦਾ ਹੋਵੇ ਉਹਨੂੰ ਅਸੀਂ ਇਸ ਤਰੀਕੇ ਦੇ ਨਾਲ ਦੁਰਗਤੀ ਕਰਾਂਗੇ ਉਹਨੂੰ ਅਸੀਂ ਇਸ ਤਰੀਕੇ ਦੇ ਨਾਲ ਖਤਮ ਕਰਾਂਗੇ ਵੀ ਭਾਈ ਹੁਣ ਤਾਂ ਸਵਾਦੀ ਢੇਰੀ ਬਣਾਉਣੀ ਆ ਭਾਵੇਂ ਇਰਤੇ ਪੈਟਰੋਲ ਪਾ ਦਿਓ ਭਾਵੇਂ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿਓ ਭਾਵੇਂ ਇਹਦੇ ਉੱਤੇ ਲੱਕੜਾਂ ਰੱਖ ਦਿਓ ਤਾਂ ਭਾਵੇਂ ਟਾਇਰ ਉੱਤੇ ਰੱਖ ਦਿਓ ਉਹ ਪੁਲਿਸ ਵਾਲੇ ਕਹਿੰਦੇ ਵੀ ਟਾਇਰ ਇਸ ਕਰਕੇ ਰੱਖੇ ਆ ਆਗ ਜਲਦੀ ਪਕੜਦੇ ਹੈ ਉਹ ਕਹਿੰਦੇ ਵੀ ਟਾਇਰ ਜਦੋਂ ਸੜਦਾ ਉਹ ਫਿਰ ਛੇਤੀ ਬੁਝਦੀ ਨਹੀਂ ਅੱਗ ਪਰ ਬਾਕੀ ਜਿਹੜੀ ਆਗਾ ਉਹ ਬੁਝ ਜਾਂਦੀ ਹੈ ਤੇ ਜਦੋਂ ਅੱਗ ਬੁਝਦੀ ਹੈ ਤੇ ਪੁਲਿਸ ਵਾਲੇ ਕੋਲੇ ਖੜਕੇ ਕੁਝ ਬੰਦਿਆਂ ਤੋਂ ਉਹ ਤੇਲ ਛਿੜਕਵਾ ਰਹੇ ਉੱਤੇ ਪੈਟਰੋਲ ਪਵਾ ਰਹੇ ਆ ਵੀ ਜਲਦੀ ਜਲਦੀ ਕੰਮ ਕਰੋ ਇਹਨਾਂ ਦਾ ਜਲਦੀ ਜਲਦੀ ਫਸਤਾ ਵੱਡੋ ਇਹਨਾਂ ਦਾ ਸੋ ਇਹ ਸਾਡੇ ਦੇਸ਼ ਦੇ ਵਿੱਚ ਸੰਵੇਦਨਸ਼ੀਲਤਾ ਇਹ ਸਾਡੇ ਦੇਸ਼ ਦੇ ਵਿੱਚ ਇੱਕ ਦੂਜੇ ਦੀ ਇੱਜ਼ਤ ਇੱਕ ਮਰੇ ਹੋਏ ਵਿਅਕਤੀ ਦੇ ਸਨਮਾਨ ਦੀ ਭਾਵਨਾ ਇਹ ਸਾਡੇ ਦੇਸ਼ ਦੇ ਵਿੱਚ ਹੈ ਅਸੀਂ ਕਹਿੰਨੇ ਕਿ ਕਮਾਲ ਕੀਤੀ ਪਈ ਅਸੀਂ ਤਾਂ ਆ ਵੀ ਕਰਤਾ ਸੀ ਇਸ ਖੇਤਰ ਚ ਉਹ ਕਰਤਾ ਸੀ ਇਸ ਖੇਤਰ ਚ ਉਹ ਕਰਤਾ ਗੱਲਾਂ ਦੇ ਵਿੱਚ ਸਾਡੇ ਵਰਗਾ ਕੋਈ ਨਹੀਂ ਪਰ ਪ੍ਰੈਕਟੀਕਲ ਤੌਰ ਦੇ ਉੱਤੇ ਜਦੋਂ ਕੋਈ ਟਿੱਪਣੀ ਕਰਦਾ ਫਿਰ ਇਹ ਗੱਲ ਕਹੀ ਜਾਂਦੀ ਹੈ ਕਿ ਤਾਂ ਦੂਜੀਆਂ ਪਾਰਟੀਆਂ ਦੇ ਪ੍ਰਭਾਵ ਹੇਠ ਆਇਆ ਹੋਇਆ ਇਹ ਤਾਂ ਇਸ ਲਈ ਬੋਲ ਰਹਾ ਹੈ ਇਹ ਤਾਂ ਇਸ ਲਈ ਬੋਲ ਰਹਾ ਹੈ ਜਿਹੜੇ ਟੀਵੀ ਚੈਨਲ ਜਿਹੜਾ ਗੋਦੀ ਮੀਡੀਆ ਇਹ ਗੱਲ ਕਹਿੰਦਾ ਨਹੀਂ ਸਕਦਾ ਵੀ ਕਿਸਾਨ ਤਾਂ ਅਤਵਾਦੀ ਹਨ ਕਿਸਾਨ ਤਾਂ ਕਰੋਨਾ ਫਲਾ ਰਹੇ ਹਨ ਉਹਨਾਂ ਨੂੰ ਹੁਣ ਯੂਪੀ ਦੇ ਵਿੱਚ ਗੰਗਾ ਨਦੀ ਦੇ ਵਿੱਚ ਰੁੜਦੀਆਂ ਹੋਈਆਂ ਇਹ ਲਾਸ਼ਾਂ ਬਹੁਤ ਘੱਟ ਦਿਸਦੀਆਂ ਉਹਨਾਂ ਨੇ ਕੋਈ ਖ਼ਬਰ ਨਹੀਂ ਚਲਾਈ ਵੀ ਇਸ ਤਰੀਕੇ ਦੇ ਨਾਲ ਪੁਲਿਸ ਕਰਮਚਾਰੀਆਂ ਦੇ ਵੱਲੋਂ ਨਰਦਈਪੁਣਾ ਦਿਖਾਇਆ ਗਿਆ ਉਹਨਾਂ ਦੇ ਵੱਲੋਂ ਅਮਾਨਵੀ ਵਤੀਰਾ ਅਪਣਾਇਆ ਗਿਆ ਅਣਮਨੁੱਖੀ ਸਾਰਾ ਕੁਝ ਕੀਤਾ ਗਿਆ ਉਹਨਾਂ ਦੇ ਵੱਲੋਂ ਸੰਵੇਦਨਸ਼ੀਲਤਾ ਨਹੀਂ ਦਿਖਾਈ ਗਈ ਇਹ ਸੰਵੇਦਨਹੀਨਤਾ ਪੇਸ਼ ਕੀਤੀ ਗਈ ਆ ਉਹਨਾਂ ਦੇ ਵੱਲੋਂ ਇਸ ਗੱਲ ਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਗੋਦੀ ਦੇ ਵਿੱਚ ਬੈਠੇ ਹੋਏ ਲੋਕ ਆ ਜੇ ਯੂਪੀ ਵਿੱਚ ਕਾਂਗਰਸ ਦੀ ਜਾਂ ਸਮਾਜਵਾਦੀ ਪਾਰਟੀ ਦੀ ਜਾਂ ਕਿਸੇ ਹੋਰ ਧਰਮ ਦੀ ਸਰਕਾਰ ਹੁੰਦੀ ਇਹਨਾਂ ਨੇ ਡੌਂਡੀ ਪਿੱਟ ਪਿੱਟ ਕੇ ਪੂਰੇ ਦੁਨੀਆ ਦੇ ਵਿੱਚ ਜਲੂਸ ਕੱਢ ਦੇਣਾ ਸੀ ਕਿ ਇਹ ਦੇਖੋ ਯਹਾਂ ਤੋਂ ਲਾਸ਼ੇ ਐਸੇ ਕਰ ਰਹੇ ਹਨ ਇਹ ਤਾਂ ਯਹਾਂ ਐਸੇ ਹੋ ਰਹਾ ਹੈ ਭਾਰਤ ਦੇ ਵਿੱਚ ਲਾਸ਼ਾਂ ਕੁੱਤੇ ਖਾ ਰਹੇ ਆ ਇਸ ਵਕਤ ਸਿਵਿਆਂ ਦੇ ਵਿੱਚੋਂ ਕੱਢ ਕੱਢ ਕੇ ਅੱਧ ਬਲੀਆਂ ਲਾਸ਼ਾਂ ਜਿਹੜੀਆਂ ਪਰ ਫਿਰ ਵੀ ਅਸੀਂ ਇਹ ਗੱਲ ਕਹਿੰਦੇ ਆ ਵੀ ਇਦਾਂ ਹੀ ਹੁੰਦਾ ਸਾਡੇ ਦੇਸ਼ ਦੇ ਵਿੱਚ ਤਰੱਕੀ ਇਹਨੂੰ ਹੀ ਕਹਿੰਦੇ ਆ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਇਸ ਕਰਕੇ ਆਉਂਦੇ ਸਮੇਂ ਦੇ ਵਿੱਚ ਕੁਝ ਚੰਗਾ ਹੋਵੇ ਦੇਸ਼ ਦੇ ਵਿੱਚ ਕੁਝ ਵੀ ਮਾੜਾ ਨਾ ਹੋਵੇ ਕਰੋਨਾ ਮਹਾਮਾਰੀ ਖਤਮ ਹੋਵੇ ਇਹਦੀ ਅਸੀਂ ਕਾਮਨਾ ਕਰਦੇ ਆ ਪੰਜਾਬ ਕਾਂਗਰਸ ਦੇ ਵਿੱਚ ਛਿੜੀ ਹੋਈ ਜੰਗ ਰੁਕਣ ਦਾ ਨਾਂ ਹੀ ਲੈ ਰਹੀ ਹਰ ਰੋਜ਼ ਪੰਜਾਬ ਦੀ ਕਾਂਗਰਸ ਦੇ ਵਿੱਚ ਕੁਝ ਨਾ ਕੁਝ ਨਵਾਂ ਹੁੰਦਾ ਲਗਾਤਾਰ ਮੀਟਿੰਗਾਂ ਦਾ ਸਿਲਸਲਾ ਚੱਲ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਦੋਸ਼ ਲੱਗ ਰਹੇ ਆ ਕਿ ਉਹ ਆਪਣੇ ਸਲਾਹਕਾਰਾਂ ਦੇ ਰਾਹੀਂ ਵਿਧਾਇਕਾਂ ਨੂੰ ਤੇ ਸਾਬਕਾ ਮੰਤਰੀਆਂ ਨੂੰ ਧਮਕਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਆ। ਪ੍ਰਗਟ ਸਿੰਘ ਦੇ ਵੱਲੋਂ ਜਿਹੜੇ ਕਿ ਜਲੰਧਰ ਸ਼ੌਣੀ ਤੋਂ ਕਾਂਗਰਸ ਦੇ ਵਿਧਾਇਕ ਆ 2 ਦਿਨ ਪਹਿਲਾਂ ਇਸ ਗੱਲ ਦਾ ਖੁਲਾਸਾ ਕੀਤਾ ਹੈਗਾ ਦੋਸ਼ ਲਾਏ ਗਏ ਕਿ ਮੈਨੂੰ ਕੈਪਟਨ ਸੰਦੀਪ ਸੰਧੂ ਦਾ ਫੋਨ ਆਇਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਤੈਨੂੰ ਅਸੀਂ ਠੋਕ ਦੇਣਾ ਜੇਕਰ ਤੂੰ ਨਾ ਬਾਜ਼ ਆਇਆ ਤਾਂ ਇਸ ਤੋਂ ਬਾਅਦ ਲਗਾਤਾਰ ਹੁਣ ਵਿਰੋਧ ਦਾ ਸਿਲਸਲਾ ਵਧ ਗਿਆ। ਜਿਹੜੇ ਸ਼੍ਰੀਕ ਨੇ ਵੱਖ-ਵੱਖ ਪਾਰਟੀਆਂ ਦੇ ਵਿੱਚ ਬੈਠੇ ਉਹ ਬਾਗੋ-ਬਾਗ ਉਹਨਾਂ ਨੂੰ ਇਹ ਜਾਪਦਾ ਵੀ ਕਾਂਗਰਸ ਦੇ ਆਗੂ ਆਪਸ ਦੇ ਵਿੱਚ ਲੜੀ ਜਾਣਗੇ ਤੇ ਸ਼ਾਇਦ ਸਾਡਾ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਝੁਗਾੜ ਲੱਗ ਜੇ ਹਾਲਾਂਕਿ ਝੁਗਾੜ ਲਾਉਣਾ ਇੰਨਾ ਸੌਖਾ ਨਹੀਂ ਲੋਕਾਂ ਦੇ ਲਈ ਕੰਮ ਕਰਨੇ ਪੈਣਗੇ ਤੇ ਜਿਹੜਾ ਵੀ ਬੰਦਾ ਲੋਕਾਂ ਦੇ ਮਨ ਨੂੰ ਟੁੰਬਿਆ ਤੇ ਲੋਕ ਸ਼ਾਇਦ ਉਹਨੂੰ ਹੀ ਵੋਟਾਂ ਪਾਉਣਗੇ ਸ਼ਾਇਦ ਮੈਂ ਤਾਂ ਕਹਿੰਦਾ ਵੀ ਲੋਕਾਂ ਦਾ ਵੀ ਕੁਝ ਪਤਾ ਨਹੀਂ ਹੁੰਦਾ ਨਾਲੇ ਗਾਲਾਂ ਕੱਢੀ ਜਾਂਦੇ ਹੁੰਦੇ ਕਿਸੇ ਨੂੰ ਨਾਲੇ ਉਹਨੂੰ ਹੀ ਫਿਰ ਵੋਟਾਂ ਪਾ ਜਾਂਦੇ ਹੁੰਦੇ ਆ ਪਤਾ ਨਹੀਂ ਹੁੰਦਾ ਲੋਕਾਂ ਨੇ ਆਖਰੀ ਮੌਕੇ ਦੇ ਉੱਤੇ ਕੀ ਫੈਸਲਾ ਲੈ ਲੈਣਾ ਪਰ ਜਿਸ ਤਰੀਕੇ ਦੇ ਨਾਲ ਲੰਘੇ ਕਲ ਚਰਨਜੀਤ ਚੰਨੀ ਦੇ ਘਰ ਦੇ ਵਿੱਚ ਮ ਜੀਨੇ ਵਿੱਚ ਕੁਝ ਮੰਤਰੀਆਂ ਨੇ ਵੀ ਸ਼ਿਰਕਤ ਕੀਤੀ ਹੈ ਕੁਝ ਕਾਂਗਰਸੀ ਵਿਧਾਇਕ ਵੀ ਉਹਦੇ ਵਿੱਚ ਪਹੁੰਚੇ ਆ ਤੇ ਉਸ ਤੋਂ ਬਾਅਦ ਸੁਖਜਿੰਦਰ ਰੰਧਾਵਾ ਨੇ ਬਿਲਕੁਲ ਲਕੀਰ ਖਿੱਚਤੀ ਆ ਵੀ ਅਸੀਂ ਗਲਤ ਕੀ ਕੀਤਾ ਪੱਤਰਕਾਰਾਂ ਨੇ ਸਵਾਲ ਕੀਤਾ ਵੀ ਤੁਸੀਂ ਅਡਮੀਟੀਆਂ ਕਰਦੇ ਫਿਰਦੇ ਆ ਉਹ ਕਹਿੰਦੇ ਵੀ ਅਸੀਂ ਕਿਸੇ ਹੋਰ ਪਾਰਟੀ ਨਾਲ ਮੀਟਿੰਗਾਂ ਕਰਦੇ ਆ ਅਸੀਂ ਆਪਦੀ ਪਾਰਟੀ ਦੇ ਆਗੂਆਂ ਨਾਲ ਵੀ ਗੱਲਬਾਤ ਨਾ ਕਰੀਏ ਸਲਾਮਸ਼ਵਰਾ ਨਾ ਕਰੀਏ ਅਸੀਂ ਕੀ ਇਹੋ ਜਿਹਾ ਕਰ ਦਾਂਗੇ ਜਿਹੜਾ ਕਿ ਪਾਰਟੀ ਲਈ ਨੁਕਸਾਨਦਾਇਕ ਹੋਊਗਾ ਅਸੀਂ ਪਾਰਟੀ ਦੀ ਮਜ਼ਬੂਤੀ ਦੇ ਲਈ ਪਾਰਟੀ ਦੇ ਆਗੂਆਂ ਦੇ ਖਿਲਾਫ ਗਲਤ ਫੈਸਲੇ ਨਾ ਲੈ ਜਾਣ ਇਸ ਕਰਕੇ ਇਕਤਰਤਾਵਾ ਕਰਦੇ ਨੇ ਸਾਨੂੰ ਕੋਈ ਚਾਹ ਨਹੀਂ ਹੈਗਾ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਅਸੀਂ ਕਾਂਗਰਸ ਪਾਰਟੀ ਦੇ ਨਾਲ ਆ ਕਾਂਗਰਸ ਪਾਰਟੀ ਦੇ ਨਾਲ ਸੀ ਤੇ ਭਵਿੱਖ ਦੇ ਵਿੱਚ ਵੀ ਰਵਾਂਗੇ ਕਾਂਗਰਸ ਦੀ ਮਜ਼ਬੂਤੀ ਦੇ ਲਈ ਹੀ ਹਮਲੇ ਮਾਰਨੇ ਪੈਣਗੇ ਪਰ ਜੋ ਵਿਜੀਲੈਂਸ ਦੇ ਡਰਾਵੇ ਜਿਹੜੇ ਦਿੱਤੇ ਜਾ ਰਹੇ ਆ ਕਿ ਉਹਨੂੰ ਐਤਮਕਾਇਆ ਜਾਊਗਾ ਇਹਨੂੰ ਐਤਮਕਾਇਆ ਜਾਊਗਾ ਇਹ ਗੱਲਾਂ ਬਰਦਾਸ਼ਤ ਨਹੀਂ ਹੋਣੀਆਂ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਦੇ ਪਾਵੇ ਹਿਲਣ ਲੱਗੇ ਨੇ ਲੰਗੇ ਕੱਲ ਕੈਬਨਿਟ ਮੰਤਰੀ ਚਰਨਜੀਤ ਚੰਨੀ ਦੇ ਘਰ ਮੀਟਿੰਗ ਮਗਰੋਂ ਸੁਖਜਿੰਦਰ ਰੰਧਾਵਾ ਨੇ ਵੀ ਬਾਗੀ ਤੇਵਰ ਦਿਖਾਏ ਨੇ ਉਹਨਾਂ ਨੇ ਕਿਹਾ ਕਿ ਮੀਟਿੰਗ ਦੇ ਵਿੱਚ ਚੰਨੀ ਦੇ ਕੇਸ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਉਹਨਾਂ ਨੇ ਸਵਾਲ ਕੀਤਾ ਕਿ 3 ਸਾਲ ਬਾਅਦ ਹੀ ਚੰਨੀ ਦੇ ਕੇਸ ਦੀ ਯਾਦ ਕਿਉਂ ਆਈ ਉਹਨਾਂ ਨੇ ਕਿਹਾ ਕਿ ਮੇਰੇ ਖਿਲਾਫ ਵੀ ਕੋਈ ਜਾਂਚ ਕਰਵਾ ਲਵੋ ਮੈਂ ਕਿਸੇ ਜਾਂਚ ਤੋਂ ਡਰਨ ਵਾਲਾ ਨਹੀਂ ਜੇ ਮੈਨੂੰ ਵਿਜੀਲੈਂਸ ਬੁਲਾਏਗੀ ਤਾਂ ਮੈਂ ਖੁਦ ਵਿਜੀਲੈਂਸ ਬਿਊਰੋ ਦੇ ਕੋਲ ਜਾ ਕੇ ਬੈਠਾਂਗਾ ਰੰਧਾਵਾ ਨੇ ਕਿਹਾ ਕਿ ਸਾਡੀ ਲੜਾਈ ਬੇਅਦਬੀ ਮਾਮਲੇ ਦੀ ਜਾਂਚ ਤੇ ਚੋਣ ਮੈਨੀਫੈਸਟੋ ਨੂੰ ਲਾਗੂ ਕਰਵਾਉਣ ਦੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਮੈਨੂੰ ਧਰਨਾ ਦੇ ਰਹੇ ਲੋਕਾਂ ਨਾਲ ਗੱਲਬਾਤ ਕਰਨ ਵਾਸਤੇ ਭੇਜਿਆ ਸੀ ਅੱਜ ਵੀ ਬੇਅਦਬੀ ਤੇ ਗੋਲੀ ਕਾਂਡ ਦਾ ਸੱਚ ਸਾਹਮਣੇ ਨਹੀਂ ਆਇਆ ਦੱਸਣਾ ਬਣਦਾ ਕਿ ਕੈਬਨਿਟ ਮੰਤਰੀ ਚਰਨਜੀਤ ਚੰਨੀ ਦੇ ਘਰ ਪੰਜ ਮੰਤਰੀਆਂ ਤੇ ਸੱਤ ਵਿਧਾਇਕਾਂ ਦੀ ਮੀਟਿੰਗ ਹੋਈ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਇਸ ਮੀਟਿੰਗ ਵਿੱਚ ਸ਼ਾਮਿਲ ਸਨ ਬਾਜਵਾ ਨੇ ਮੀਟਿੰਗ ਤੋਂ ਬਾਹਰ ਆਉਣ ਮਗਰੋਂ ਕਿਹਾ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ ਉਧਰ ਅੱਜ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਸ਼ਰਾਵਤ ਨੇ ਪ੍ਰਤਾਪ ਸਿੰਘ ਬਾਜਵਾ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਹੈ। ਰਾਵਤ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਸ ਤਰ੍ਹਾਂ ਦੀ ਵਿਜੀਲੈਂਸ ਜਾਂਚ ਕਰਵਾਉਣਾ ਬੇहद ਗਲਤ ਹੈ। ਇਹਦੇ ਨਾਲ ਪਾਰਟੀ ਵਿੱਚ ਤਣਾਅ ਵਧੇਗਾ ਤੇ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦਾ ਵੱਡਾ ਨੁਕਸਾਨ ਇਸ ਕਦਰ ਹੋ ਸਕਦਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਮੈਂ ਲੰਘੇ ਕੱਲ ਵੀ ਇਹ ਬੇਨਤੀ ਕੀਤੀ ਸੀ ਤੇ ਅੱਜ ਫੇਰ ਉਹੀ ਗੱਲ ਕਰਨੀ ਬਣਦੀ ਹੈ ਕਿ ਹੁਣ ਤੱਕ ਜਿਹੜੇ-ਜਿਹੜੇ ਸੂਬਿਆਂ ਦੇ ਵਿੱਚ ਭਾਜਪੀ ਦੀਆਂ ਸਰਕਾਰਾਂ ਨਹੀਂ ਉਹਨਾਂ ਸੂਬਿਆਂ ਦੀਆਂ ਸਰਕਾਰਾਂ ਦੇ ਵੱਲੋਂ ਦੋਸ਼ ਲਾਇਆ ਜਾਂਦਾ ਹੈ ਵੀ ਕੇਂਦਰ ਦੀ ਸਰਕਾਰ ਸਾਡੇ ਪਿੱਛੇ ਏਜੰਸੀਆਂ ਭਵਾ ਦਿੰਦੀ ਹੈ ਸਾਡੇ ਬੰਦੇ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਕਦੇ NIA ਕਦੇ ED ਕਦੇ ਇਨਕਮ ਟੈਕਸ ਡਿਪਾਰਟਮੈਂਟ ਕਦੇ ਵਿਜੀਲੈਂਸ ਕਦੇ ਕੋਈ ਕਦੇ ਕੋਈ ਐਦਾਂ ਸਾਨੂੰ ਖਜਲ ਕੀਤਾ ਜਾਂਦਾ ਪਰ ਜੇਕਰ ਪੰਜਾਬ ਦੇ ਵਿੱਚ ਕਾਂਗਰਸੀ ਵਿਧਾਇਕਾਂ ਜਾਂ ਕਾਂਗਰਸੀ ਮੰਤਰੀਆਂ ਦੇ ਉੱਤੇ ਪੰਜਾਬ ਦੀ ਸਰਕਾਰ ਹੀ ਵਿਜੀਲੈਂਸ ਦਾ ਰੈਡਾ ਪਵਾਉਗੀ ਤਾਂ ਫਿਰ ਆਪਾਂ ਇਹ ਗੱਲ ਕਿਵੇਂ ਕਹਿ ਸਕਦੇ ਵੀ ਕੇਂਦਰ ਦੀ ਸਰਕਾਰ ਸਾਡੇ ਖਿਲਾਫ ਆ ਆਪਾਂ ਵੀ ਤਾਂ ਆਪਣੇਆਂ ਦੇ ਖਿਲਾਫ ਹੀ ਆ ਸੋ ਗੱਲ ਇਹ ਨਹੀਂ ਵੀ ਪ੍ਰਗਟ ਸਿੰਘ ਕੀ ਕਹਿੰਦਾ ਗੱਲ ਇਹ ਵੀ ਨਹੀਂ ਕਿ ਸੁਖਜਿੰਦਰ ਸਿੰਘ ਰੰਧਾਵਾ ਕੀ ਕਹਿੰਦਾ ਗੱਲ ਇਹ ਵੀ ਨਹੀਂ ਕਿ ਸਿੱਧੂ ਕੀ ਕਹਿੰਦਾ ਇਹ ਰਾਜਨੀਤਿਕ ਲੋਕਾਂ ਚਲੋ ਇਹਨਾਂ ਦੀ ਗੱਲ ਨੂੰ ਇੱਕ ਪਾਸੇ ਰੱਖਦੇ ਹਾਂ ਪੰਜਾਬ ਦੇ ਬਹੁ ਗਿਣਤੀ ਲੋਕ ਕੀ ਕਹਿੰਦੇ ਸਵਾਲ ਇਹ ਪੈਦਾ ਹੁੰਦਾ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਜਿਵੇਂ ਕਿ ਪ੍ਰਗਟ ਸਿੰਘ ਨੇ ਕੁਝ ਹਫ਼ਤੇ ਪਹਿਲਾਂ ਵੀ ਕਿਹਾ ਸੀ ਵੀ ਉਹ ਆਪਣੀ ਇੱਕ ਨਿਰਪੱਖ ਟੀਮ ਬਣਾਉਣ ਉਹ ਸਰਵੇਖਣ ਕਰਾਉਣ ਪੰਜਾਬ ਦੇ ਕਿਸੇ ਵੀ ਪਿੰਡ ਦੇ ਵਿੱਚ ਜਾ ਕੇ ਕਿਸੇ ਵੀ ਸ਼ਹਿਰ ਕਸਬੇ ਦੇ ਵਿੱਚ ਕੀ ਲੋਕ ਸਾਡੇ ਕਾਰਜਕਾਲ ਤੋਂ ਸੰਤੁਸ਼ਟ ਹੈ ਕੀ ਬੇਅਦਬੀ ਮਾਮਲੇ ਦੇ ਉੱਤੇ ਲੋਕ ਲੁੱਟੇ ਹੋਏ ਮਹਿਸੂਸ ਨਹੀਂ ਕਰਦੇ ਕੀ ਲੋਕ ਨਸ਼ੇ ਦਾ ਲੱਕ ਟੁੱਟਿਆ ਹੋਇਆ ਮਹਿਸੂਸ ਕਰਦੇ ਆ ਸੋ ਇਹਨਾਂ ਸਾਰੀਆਂ ਗੱਲਾਂ ਦੀ ਆਪ ਰਿਪੋਰਟ ਲੈ ਲੈਣ ਨਿਰਪੱਖ ਤਰੀਕੇ ਦੇ ਨਾਲ ਪਰ ਇੰਦਾ ਹੋਣਾ ਨਹੀਂ ਜਿਸ ਤਰੀਕੇ ਦੇ ਨਾਲ ਚਰਨਜੀਤ ਚੰਨੀ ਦਾ ਢਾਈ ਪੌਣੇ 3 ਸਾਲ ਪੁਰਾਣਾ ਕੇਸ ਕੱਢਿਆ ਗਿਆ ਇਹਦੇ ਉੱਤੇ ਵੀ ਸਵਾਲ ਪੈਦਾ ਹੁੰਦੇ ਆ ਪਰ ਜਿਸ ਤਰੀਕੇ ਦੇ ਨਾਲ ਹੁਣ ਹਰੀਸ਼ ਸ਼ਰਾਵਤ ਹੋਰੀ ਇਸ ਮਾਮਲੇ 'ਚ ਆਏ ਆ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਵੀ ਇਦਾਂ ਕੈਪਟਨ ਸਰਕਾਰ ਨੂੰ ਕਰਨਾ ਨਹੀਂ ਚਾਹੀਦਾ ਤੇ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਕਾਂਗਰਸ ਹਾਈ ਕਮਾਂਡ ਇਸ ਮਾਮਲੇ ਨੂੰ ਛੇਤੀ ਛੇਤੀ ਸੁਲਝਾ ਲਵੇ ਤੇ ਹੈਰਾਨੀ ਇਸ ਗੱਲ ਦੀ ਹੁੰਦੀ ਆ ਵੀ ਕਾਂਗਰਸ ਹਾਈ ਕਮਾਂਡ ਕਿਹੜੀ ਗੱਲੋਂ ਮੂੰਹ ਦੇ ਵਿੱਚ ਘੁੰਗੜੀਆਂ ਪਾ ਕੇ ਬੈਠੀ ਆ ਕੀ ਉਹਨਾਂ ਦੇ ਪਿੱਠ ਪੱਲੇ ਕੁਝ ਨਹੀਂ ਕੀ ਉਹ ਤਮਾਸ਼ਾ ਦੇਖਣ ਦੇ ਵਿੱਚ ਇਸ ਵਕਤ ਇਛਕ ਹੈ ਕੀ ਉਹਨਾਂ ਨੂੰ ਇਹ ਜਾਪਦਾ ਜੀ ਕਿ ਦੋਵਾਂ ਧਿਰਾਂ ਨੂੰ ਅਸੀਂ ਕੈਪਟਨ ਵਰਸ ਸਿੱਧੂ ਲੜਾਈ ਕਰਵਾ ਕੇ ਦੇਖਦੇ ਹਾਂ ਦੇਖਦੇ ਵੀ ਕਿਹਦਾ ਪਲੜਾ ਭਾਰੀ ਆ ਫਿਰ ਆਪਾਂ ਉਹਨੂੰ ਮੂਰੇ ਕਰ ਦਿਆਂਗੇ ਸੋ ਇਸ ਕਰਕੇ ਕਾਂਗਰਸ ਹਾਈ ਕਮਾਂਡ ਦੇ ਉੱਤੇ ਬਹੁਤ ਵੱਡੇ ਸਵਾਲ ਉੱਠ ਰਹੇ ਆ ਪਰ ਜਿਵੇਂ ਹੁਣ ਹਰੀਸ਼ ਰਾਵਤ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਨੇ ਇਹ ਗੱਲ ਕਹੀ ਆ ਵੀ ਹੁਣ ਤਾਂ ਹਾਈ ਕਮਾਂਡ ਨੂੰ ਬੋਲਣਾ ਹੀ ਪਊਗਾ ਤੇ ਬੋਲਣਾ ਹੀ ਚਾਹੀਦਾ ਲੱਗਦਾ ਵੀ ਸ਼ਾਇਦ ਕੋਈ ਨਾ ਕੋਈ ਗਾਂਧੀ ਟੱਬਰ ਦੇ ਵਿੱਚੋਂ ਜੀ ਬੋਲੇ ਵੀ ਪਰ ਅਗਲੀ ਗੱਲ ਇਹ ਆ ਵੀ ਲੰਗੇ ਕੱਲ ਨਵਜੋਤ ਸਿੰਘ ਸਿੱਧੂ ਨੇ ਇੱਕ ਫੇਰ ਸ਼ਬਦਕਾਰ ਕੀਤਾ ਟਵਿੱਟਰ ਦੇ ਉੱਤੇ ਉਹਨਾਂ ਨੇ ਇਹ ਗੱਲ ਲਿਖੀ ਹੈ ਕਿ ਜੇਕਰ ਸਾਡੀ ਪਾਰਟੀ ਦਾ ਕੋਈ ਵਿਧਾਇਕ ਜੇਕਰ ਪਾਰਟੀ ਦਾ ਮੰਤਰੀ ਜੇਕਰ ਪਾਰਟੀ ਦਾ ਸੰਸਦ ਮੈਂਬਰ ਗਲਤ ਨੂੰ ਗਲਤ ਕਹਿੰਦਾ ਉਹ ਇਹ ਗੱਲ ਕਹਿੰਦਾ ਪਾਰਟੀ ਦੀ ਬਿਹਤਰੀ ਦੇ ਲਈ ਕਿ ਸਾਨੂੰ ਆਹ ਕੁਝ ਨੀਸੀ ਕਰਨਾ ਚਾਹੀਦਾ ਆਹ ਕੁਝ ਕਰਨਾ ਚਾਹੀਦਾ ਲੋਕਾਂ ਦੇ ਨਾਲ ਕੀਤਾ ਵਾਅਦਾ ਪੂਰਾ ਕਰਨਾ ਚਾਹੀਦਾ ਤਾਂ ਇਹਦੇ ਵਿੱਚ ਕੋਈ ਕਹਾੜ ਨਹੀਂ ਕੀਤਾ ਗਿਆ ਪਾਰਟੀ ਦਾ ਇਹ ਪਾਰਟੀ ਦੀ ਮਜ਼ਬੂਤੀ ਦੇ ਲਈ ਹੈ ਇਹ ਉਹਨਾਂ ਨੂੰ ਜਿਹੜੀਆਂ ਜ਼ਿੰਮੇਵਾਰੀਆਂ ਮਿਲੀਆਂ ਇਹ ਜ਼ਿੰਮੇਵਾਰੀਆਂ ਇਹ ਫਰਜ਼ ਨਿਭਾਉਣ ਦਾ ਇੱਕ ਤਰੀਕਾ ਹੈਗਾ ਪਰ ਜੇਕਰ ਆਪਾਂ ਉਹਨਾਂ ਲੋਕਾਂ ਨੂੰ ਦਬਾਵਾਂਗੇ ਧਮਕਾਵਾਂਗੇ ਤਾਂ ਇਹਦਾ ਮਤਲਬ ਇਹ ਹੈ ਵੀ ਸਾਡੇ ਅੰਦਰ ਇੱਕ ਭੈਅ ਆ ਸਾਡੇ ਅੰਦਰ ਇੱਕ ਅਸੁਰੱਖਿਆ ਦੀ ਭਾਵਨਾ ਤੇ ਨਾਲ ਸਿੱਧੂ ਨੇ ਉਹ ਵੀਡੀਓ ਅਟੈਚ ਕੀਤੀ ਆ ਟਵਿੱਟਰ ਦੇ ਉੱਤੇ ਜਿਹੜੀ ਕਿ ਪ੍ਰਗਟ ਸਿੰਘ ਦੀ ਹੈ ਜਿਦੇ ਵਿੱਚ ਉਹ ਦੋਸ਼ ਲਾ ਰਹੇ ਆ ਕਿ ਰਾਤ ਦੇ ਵੇਲੇ ਮੈਨੂੰ 11 ਵਜੇ ਕੈਪਟਨ ਸੰਦੀਪ ਸੰਧੂ ਦਾ ਫੋਨ ਆਉਂਦਾ ਜਿਦੇ ਵਿੱਚ ਮੈਨੂੰ ਧਮਕੀਆਂ ਦਿੱਤਨਾਂ ਜਾਂਦੀਆਂ ਕਹਿਣ ਦਾ ਭਾਵ ਇਹ ਆ ਕਿ ਪੰਜਾਬ ਕਾਂਗਰਸ ਦੇ ਵਿੱਚ ਘਮਸਾਣ ਬਚਿਆ ਹੋਇਆ ਕੀ ਸਿੱਧੂ ਨੂੰ ਸੀਐਮ ਦੀ ਕੁਰਸੀ ਮਿਲ ਸਕੂ ਕੀ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਦੇ ਪਾਵੇ ਹੋਰ ਹਿੱਲਣਗੇ ਕੀ ਜਿਹੜਾ ਬਾਗੀ ਤੜਾ ਜਿਹੜਾ ਕਿਸ ਵਕਤ ਲਗਾਤਾਰ ਬਗਾਵਤ ਕਰ ਰਿਹਾ ਉਹ ਕੈਪਟਨ ਅਮਰਿੰਦਰ ਸਿੰਘ ਦੇ ਮੂਹਰੇ ਚੁਣੌਤੀ ਪੇਸ਼ ਕਰੂ ਜਾਂ ਕਾਂਗਰਸ ਹਾਈ ਕਮਾਂਡ ਸਿੱਧੂ ਜਾਂ ਕੈਪਟਨ ਦੇ ਵਿੱਚੋਂ ਕਿਹਨੂੰ ਚੁਣੋ ਵੀ ਪਾਈ ਕਾਂਗਰਸ ਦੀ ਕਮਾਂਡ ਇਹਦੇ ਹੱਥ ਦੇ ਵਿੱਚ ਹੋਣੀ ਚਾਹੀਦੀ ਹੈ ਪੰਜਾਬ ਦੇ ਅੰਦਰ ਇਹਦੇ ਵੱਲ ਸਭ ਦੀ ਨਿਗ੍ਹਾ ਟਿਕੀ ਹੋਈ ਹੈ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਭਾਰਤ ਦੇ ਖੇਤੀਬਾੜੀ ਵਿਭਾਗ ਦੇ ਮੰਤਰੀ ਨਰਿੰਦਰ ਸਿੰਘ ਤੋਮਰ ਗਏ ਉੱਥੇ ਵੱਡੀ ਗਿਣਤੀ ਦੇ ਵਿੱਚ ਕਸਲਾਂ ਦੇ ਵੱਲੋਂ ਤੋਮਰ ਨੂੰ ਘੇਰਾ ਪਾ ਲਿਆ ਗਿਆ ਤੇ ਖਰੀਆਂ ਖਰੀਆਂ ਬਹੁਤ ਸੁਣਾਂ ਗੀਆਂ ਗੰਗਾ ਮੂੰਹ ਤੇ ਇਹ ਗੱਲ ਕਹੀ ਗਈ ਵੀ ਤੁਸੀਂ ਤਾਂ ਕਤਲ ਕਰਵਾ ਰਹੇ ਆ ਇਸ ਵਕਤ ਕਿਸਾਨਾਂ ਨੂੰ ਮਾਰਿਆ ਜਾ ਰਿਹਾ ਕਿਸਾਨ 6 ਮਹੀਨੇ ਹੋਣ ਵਾਲੇ ਆ ਤੁਸੀਂ ਉਹਨਾਂ ਦੀ ਸਾਰ ਕਦੋ ਲਈ ਆ ਕਹਿੰਦੇ ਆ ਵੀ ਤੋਮਰ ਘਰਾ ਨੂੰ ਕੋਈ ਉੱਤਰ ਨਹੀਂ ਆਇਆ ਤੇ ਉਹ ਬਹਿ ਬਹਿ ਕੇ ਉੱਥੋਂ ਨਿਕਲ ਗਿਆ ਜਿਹੜੀਆਂ ਕਿ ਸੂਚਨਾਵਾਂ ਪ੍ਰਾਪਤ ਹੋਈਆਂ ਪਰ ਲੰਘੇ ਕੱਲ ਬੀਜੇਪੀ ਦੇ ਇੱਕ ਸਾਬਕਾ ਮੰਤਰੀ ਨੇ ਕਿਸਾਨੀ ਹੱਕ ਦੇ ਵਿੱਚ ਬੋਲਣਾ ਠੀਕ ਸਮਝਿਆ ਬਿਰਿੰਦਰ ਸਿੰਘ ਨੇ ਇਹ ਗੱਲ ਕਹੀ ਹੈ ਵੀ ਕਿਸਾਨ ਆਪਣੀ ਥਾਂ ਠੀਕ ਹੈ ਕਿਸਾਨਾਂ ਦੇ ਮਸਲੇ ਹੱਲ ਹੋ ਜਾਣੇ ਚਾਹੀਦੇ ਸੀ ਜਿਹੜੇ ਕਿ ਨਹੀਂ ਹੋਏ ਤੇ ਕਿਸਾਨ ਇਸ ਵਕਤ ਡਟੇ ਹੋਏ ਆ ਇਹਦੇ ਬਾਬਤ ਆਪ ਜਾਣਦੇ ਹੀ ਆ ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ ਸੀਨੀਅਰ ਬੀਜੇਪੀ ਨੇਤਾ ਤੇ ਸਾਬਕਾ ਮੰਤਰੀ ਬਿਰੇਂਦਰ ਸਿੰਘ ਨੇ ਕਿਸਾਨ ਅੰਦolan ਬਾਰੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਤੇ ਨਵੇਂ ਖੇਤੀ ਕਰੂਨਾ ਖਿਲਾਫ ਮੁਜਾਹਰੇ ਕਰ ਰਹੇ ਕਿਸਾਨਾਂ ਵਿਚਾਲੇ ਗਲਬਾਤ ਰਾਹੀਂ ਹੀ ਮਸਲੇ ਦਾ ਹੱਲ ਨਿਕਲ ਸਕਦਾ ਹੈ ਸਾਬਕਾ ਮੰਤਰੀ ਨੇ ਹਿਸਾਰ ਵਿੱਚ ਕਿਸਾਨਾਂ ਵੱਲੋਂ ਹੋਰੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਖਿਲਾਫ ਪ੍ਰਦਰਸ਼ਨ ਦੌਰਾਨ ਹੋਈ ਹਿੰਸਕ ਝੜਪ ਦੀ ਵੀ ਨਿਖੇਧ ਕੀਤੀ ਹੈ ਉਹਨਾਂ ਨੇ ਟਵੀਟ ਕੀਤਾ ਕਿ ਅਜਾਈਆਂ ਅਣਚਾਹੀਆਂ ਘਟਨਾਵਾਂ ਮੁੜ ਵਾਪਰਨ ਤੋਂ ਰੋਕਣ ਦੇ ਲਈ ਮਸਲੇ ਦੀ ਜੜ ਤੱਕ ਜਾਣ ਦੀ ਲੋੜ ਹੈ। ਕੀ ਸਰਕਾਰ ਨੂੰ ਇਸ ਮਸਲੇ ਵਿੱਚ ਕੋਈ ਕਦਮ ਨਹੀਂ ਚੁੱਕਣਾ ਚਾਹੀਦਾ ਤੇ ਕਿਸਾਨਾਂ ਨਾਲ ਗੱਲਬਾਤ ਨਹੀਂ ਕਰਨੀ ਚਾਹੀਦੀ? ਇਸ ਮਸਲੇ ਦਾ ਹੱਲ ਲੱਭਣ ਦੇ ਲਈ ਹੋਰ ਦੇਰ ਨਹੀਂ ਹੋਣੀ ਚਾਹੀਦੀ। ਉਧਰ ਪੰਜਾਬ ਦੇ ਵਿੱਚ ਕਿਸਾਨ ਜਥੇਬੰਦਗਾਂ ਦੀ ਅਗਵਾਈ ਹੇਠ ਚੱਲ ਰਹੇ ਸੰਘਰਸ਼ੀ ਅਖਾੜਿਆਂ ਤੋਂ ਕਿਸਾਨਾਂ ਨੇ ਸੱਦਾ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਦੇ ਰਵੱਈਏ ਖਿਲਾਫ ਕਿਸਾਨਾਂ ਤੇ ਮਜ਼ਦੂਰਾਂ ਸਮੇਤ ਹੋਰ ਵਰਗ ਵੀ ਇੱਕ ਮੰਚ ਦੇ ਉੱਤੇ ਇਕੱਤਰ ਹੋਣ। ਉਹਨਾਂ ਭਾਜਪਾ ਤੇ ਪੂੰਜੀਪਤੀਕਰਨਾਂ ਖਿਲਾਫ ਦਿੱਖੀ ਲੜਾਈ ਲੜਨ ਦਾ ਸਦਾ ਦਿੱਤਾ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਹੈ ਦੋਸਤੋ ਪਹਿਲੀ ਗੱਲ ਤਾਂ ਸਿੱਖਾਂਗੇ ਜਿਸ ਤਰੀਕੇ ਦੇ ਨਾਲ ਕੇਂਦਰ ਦੀ ਸਰਕਾਰ ਦੇ ਵੱਲੋਂ ਇਗਨੋਰ ਕੀਤਾ ਗਿਆ ਅਨਡੈਕਟ ਕੀਤਾ ਗਿਆ ਕਿਸਾਨ ਸੰਘਰਸ਼ ਨੂੰ ਇਹਦੇ ਲੰਮੇ ਸਮੇਂ ਦੇ ਵਿੱਚ ਬੀਜੇਪੀ ਦੇ ਲਈ ਹੀ ਮਾੜੇ ਨਤੀਜੇ ਆਉਣਗੇ ਕਿਉਂਕਿ ਕਿਸਾਨ ਤਾਂ ਸਿਰੜੀ ਆ ਪਰ ਇੰਨਾ ਸਿਰੜ ਬੀਜੇਪੀ ਦੇ ਵਿੱਚ ਨਹੀਂ ਉਹਦੇ ਵਿੱਚ ਇੰਨਾ ਸਿਰੜ ਨਹੀਂ ਜੇਕਰ ਇੱਕ ਪੱਛਮੀ ਬੰਗਾਲ 'ਚ ਝਟਕਾ ਲੱਗ ਗਿਆ ਤੇ ਆਉਂਦੇ ਸਮੇਂ 'ਚ ਜੇਕਰ ਯੂਪੀ 'ਚ ਵੀ ਲੱਗ ਗਿਆ ਉਵੇਂ ਵਿਧਾਨ ਸਭਾ ਚੋਣਾਂ 'ਚ ਜਿਵੇਂ ਪੰਚਾਇਤੀ ਚੋਣਾਂ 'ਚ ਲੱਗਿਆ ਤਾਂ ਫਿਰ ਇਹਨਾਂ ਦੇ ਪੱਲੇ ਕੀ ਆ ਸੋਚਣਾ ਵਿਚਾਰਨਾ ਇਹ ਬਣਦਾ ਵੀ 80 ਸੀਟਾਂ ਨੇ ਲੋਕ ਸਭਾ ਦੀਆਂ ਯੂਪੀ ਦੇ ਵਿੱਚ ਤੇ ਜੇਕਰ ਉੱਥੇ ਮਾੜਾ ਹਾਲ ਹੋ ਗਿਆ ਜਿਵੇਂ ਕਿ ਕਿਸਾਨਾਂ ਵੱਲੋਂ ਉੱਤਰਾਖੰਡ ਤੇ ਯੂਪੀ ਦੇ ਵਿੱਚ ਜਾ ਕੇ ਭਾਜਪੀ ਦੇ ਖਿਲਾਫ ਪ੍ਰਚਾਰ ਦੀ ਗੱਲ ਕਹੀ ਜਾ ਰਹੀ ਹੈ ਤਾਂ ਫਿਰ ਨੁਕਸਾਨ ਸਭ ਤੋਂ ਵੱਧ ਕੀ ਦਾ ਕਿਸਾਨ ਤਾਂ ਲੰਬੇ ਸਮੇਂ ਤੋਂ ਨੁਕਸਾਨ ਹੀ ਚੱਲ ਰਹੇ ਆ ਖੇਤੀ ਕਰਮਾ ਸੇਤੀ ਹੈ ਕਈ ਵਾਰੀ ਪੱਕੀ ਫਸਲ ਦੇ ਉੱਤੇ ਘੜੇ ਪੈਂਦੇ ਤੇ ਕਈ ਵਾਰ ਮੰਡੀ ਕਰਨੀ ਹੁੰਦਾ ਕਈ ਵਾਰ ਝੱਖੜ ਝੁੱਲਾ ਆਉਂਦਾ ਤੇ ਕਈ ਵਾਰ ਸੋਕਾ ਵੀ ਪੈ ਜਾਂਦਾ ਕਦੇ-ਕਦੇ ਹੜ੍ਹ ਵੀ ਆ ਜਾਂਦਾ ਪਰ ਸਰਕਾਰਾਂ ਨੇ ਤਾਂ ਕਦੇ ਸਾਰ ਨਹੀਂ ਲਈ ਇਹ ਤਾਂ ਕਿਸਾਨ ਸਰਕਾਰਾਂ ਦੀ ਸਾਰ ਲੈਂਦਾ ਰਿਹਾ ਤੇ ਹੁਣ ਕਿਸਾਨ ਨੇ ਗੱਲ ਕਹੀ ਆ ਵੀ ਆਪਾਂ ਵੀ ਸਰਕਾਰ ਨੂੰ ਪੰਜੀ ਦਾ ਪਉਣ ਦਿਖਾ ਦੇਣਾ ਸੋ ਵਕਤ ਦੱਸੂਗਾ ਬਣਦਾ ਕੀ ਆ ਪਰ ਜਿਸ ਤਰੀਕੇ ਦੇ ਨਾਲ ਕਿਸਾਨ ਡਟੇ ਹੋਏ ਆ ਤੇ 26 ਮਈ ਦੇ ਮੱਦੇ ਨਜ਼ਰ ਬਹੁਤ ਵੱਡੇ ਪੱਦਰਤੇ ਤਿਆਰੀਆਂ ਚੱਲ ਰਹੀਆਂ ਕਿਉਂਕਿ 26 ਤਰੀਕ ਨੂੰ 26 ਮਈ ਨੂੰ ਪੰਜਾਬ ਦੇ ਕਿਸਾਨ ਹਰਿਆਣੇ ਦੇ ਯੂਪੀ ਦੇ ਖੁਰ ਵਕ ਵਕ ਥਾਵਾਂ ਦੇ 6 ਮਹੀਨੇ ਹੋ ਜਾਣਗੇ ਬਾਰਡਰਾਂ ਦੇ ਉੱਤੇ ਬੈਠਿਆ ਨੂੰ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਕਾਲੇ ਦਿਨ ਦੇ ਤੌਰ ਤੇ ਉੱਤੇ ਅਸੀਂ 26 ਮਈ ਬਣਾਵਾਂਗੇ ਅਸੀਂ ਬਾਰਡਰਾਂ ਦੇ ਉੱਤੇ ਬੈਠ ਕੇ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਕਿਸਾਨ ਜਿੱਥੇ ਬੰਦੀਆਂ ਮੋਦੀ ਸਰਕਾਰ ਦੇ ਪੁਤਲੇ ਫੂਕਣਗੇ ਇਹਨਾਂ ਦਾ ਪਿੱਟ ਸਿਆਪਾ ਕਰਾਂਗੇ ਇਹਨਾਂ ਨੂੰ ਅਹਿਸਾਸ ਕਰਾਵਾਂਗੇ ਵੀ ਭਾਈ ਤੁਹਾਡਾ ਬਣੂਗਾ ਕੀ ਆਉਂਦੇ ਸਮੇਂ ਦੇ ਵਿੱਚ ਪਰ ਖੱਟੜ ਹੋਰੀ ਕਹਿੰਦੇ ਵੀ ਅੰਮਿਤ ਸ਼ਾਹ ਦੇ ਨਾਲ ਗਿੱਟਰ ਮੀਟਰ ਕਰ ਰਹੇ ਆ ਉਹ ਸੋਚ ਰਹੇ ਆ ਵੀ ਆਪਾਂ ਕਿਵੇਂ ਨਾ ਕਿਵੇਂ ਇਸ ਮਾਮਲੇ ਦੇ ਉੱਤੇ ਕੋਈ ਨਾ ਕੋਈ ਪਲਾਕੀ ਮਾਰਗੇ ਵਕਤ ਰਸੂਗਾ ਕੀ ਬਣਦਾ ਪਰ ਕਿਸਾਨ ਆਪਣੀ ਥਾਂ ਤੇ ਡਟੇ ਹੋਏ ਆ ਤੇ ਸਰਕਾਰ ਦੀ ਢੀਠਤਾ ਹੀ ਆਪਣੀ ਥਾਂ ਦੇ ਉੱਤੇ ਆ ਉਹ ਮੰਨ ਕੇ ਨਹੀਂ ਰਾਜ਼ੀ ਵੀ ਕਿਸਾਨ ਆਪਣੀ ਥਾਂ ਤੇ ਸਹੀ ਆ ਪਰ ਕਿਸਾਨ ਨੇ ਗੱਲ ਕਹਿੰਦੇ ਆ ਮਰ ਕੇ ਜਾਵਾਂਗੇ ਜਾਂ ਜਿੱਤ ਕੇ ਜਾਵਾਂਗੇ ਜੇਕਰ ਘਰੋਂ ਨਿਕਲੇ ਆ 6 ਮਹੀਨੇ ਹੋ ਚਲੇ ਬਾਰਡਰ ਤੇ ਬੈਠੇ ਆ ਖਾਲੀ ਹੱਥ ਮੜਨ ਵਾਲਿਆਂ ਦੇ ਵਿੱਚੋਂ ਅਸੀਂ ਨਹੀਂ ਭਾਵੇਂ 2024 ਤੱਕ ਵੀ ਸਾਨੂੰ ਇੱਥੇ ਕਿਉਂ ਨਾ ਬਹਿਣਾ ਪੈ ਜੇ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਔਰ ਉਦੋਂ ਤੱਕ ਲਈ ਦੇ ਆ ਗਿਆ ਬਹੁਤ ਬਹੁਤ ਮਿਹਰਬਾਨੀ